ਜੈਪੁਰ ਇਕੱਠ ਹੋਇਆ, ਸਕੂਲ ਦੇ ਬੱਚੇ ਆਉਂਦੇ ਸੀ, 50 ਕੁ ਸੀ, ਮੁਸਲਮਾਨ ਵੀ ਸੀ ਬੱਚੇ, ਹਿੰਦੂ ਵੀ ਸੀ, ਸਿੱਖ ਵੀ ਸੀ, ਅਤੇ ਸਾਰੇ ਜਿੰਨੇ ਉੱਥੇ ਗੁਰਦੁਆਰੇ ਦੇ ਪ੍ਰਬੰਧਕ ਉਹ ਵੀ ਸੀ, ਬੜੇ ਬੜੇ ਲੀਡਰ ਬਣਦੇ ਆ ਸ਼ਹਿਰਾਂ 'ਚ ਸਿੱਖੀ ਦੇ ਨਾਂ 'ਤੇ, ਸਾਰੇ ਹੈਗੇ ਸੀ। ਅਤੇ ਮੈਂ ਸਾਰਿਆਂ ਇਸ ਤਰ੍ਹਾਂ ਬੈਠਿਆਂ, ਅਤੇ ਮੈਂ ਕਿਹਾ ਵੀ ਕੋਈ ਸੰਗਤ ਦੇ ਵਿੱਚੋਂ ਜਿਹੜਾ ਗੁਰਸਿੱਖ ਆਪੋ ਆਪਣੇ ਦਾਅਵੇ ਕਰਦੇ ਆ, ਉੱਠ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ। ਸਾਰਿਆਂ ਵਿੱਚੋਂ ਕੋਈ ਨਹੀਂ ਉੱਠਿਆ, ਨਾ ਕਾਰੋਬਾਰੀ ਸਿੱਖ, ਨਾ ਕੋਈ ਗੁਰਦੁਆਰਿਆਂ ਦਾ ਪ੍ਰਬੰਧਕ। ਇਹਨਾਂ ਬੱਚਿਆਂ 'ਚ ਮੈਂ ਕਿਹਾ ਵੀ ਮੁਸਲਮਾਨ ਬੱਚਾ ਸੀ ਵਿੱਚ, ਉਹਨੂੰ ਮੈਂ ਕਿਹਾ ਵੀ ਤੂੰ ਉੱਠ ਕੇ ਜਪਜੀ ਸਾਹਿਬ ਦਾ ਪਾਠ ਸੁਣਾ ਦੇ। ਵੀ ਆਉਂਦਾ ਹੈ? ਦੂਜਾ ਹਿੰਦੂ ਬੱਚਾ ਸੀ, ਉਹਨੂੰ ਮੈਂ ਕਿਹਾ ਵੀ ਤੈਨੂੰ ਆਉਂਦਾ? ਕਹਿੰਦੇ ਜੀ ਆਉਂਦਾ ਪੂਰਾ ਜਪਜੀ ਸਾਹਿਬ। ਫਿਰ ਸਿੱਖਾਂ ਦਾ ਸੀ, ਮੈਂ ਕਿਹਾ ਚਲੋ ਤੁਸੀਂ ਤਿੰਨੇ ਇਕੱਠਾ ਹੀ ਪਾਠ ਕਰ ਦਿਓ, ਸਾਰੇ ਖੜ੍ਹੇ ਹੋ ਜਾਓ, ਜਿਹੜੇ 40-50 ਬੱਚੇ, ਸਾਰਿਆਂ ਨੂੰ ਆਉਂਦਾ? ਕਹਿੰਦੇ ਜੀ ਆਉਂਦਾ। ਦੂਜੀ ਤੀਜੀ ਜਮਾਤ ਦੇ ਬੱਚੇ, ਉਹਨਾਂ ਬੱਚਿਆਂ ਨੇ ਜਦੋਂ ਜਪਜੀ ਸਾਹਿਬ ਦਾ ਪਾਠ ਕਰਾਇਆ ਅਸੀਂ ਖਿਲਾਰ ਕੇ, ਉਹਨਾਂ ਨੂੰ ਮੈਂ ਕਿਹਾ ਸ਼ਰਮ ਨਾਲ ਤੁਹਾਨੂੰ ਕਹਿੰਦੇ ਹੁੰਦੇ ਵੀ ਚੱਪੜੀ 'ਚ ਨੱਕ ਡੋਬ ਕੇ ਮਰ ਜਾਓ, ਇਹ ਗੱਲ ਕਹਿੰਦੇ ਹੁੰਦੇ ਆ। ਮੈਂ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਵੱਡੇ ਵੱਡੇ ਹੋ ਗਏ ਤੁਸੀਂ ਲੀਡਰ ਗੁਰਦੁਆਰਿਆਂ 'ਚ, ਅਤੇ ਜਪਜੀ ਸਾਹਿਬ ਨਹੀਂ, ਆਪਣੇ ਲਿਖੇ ਗੁਰਸਿੱਖ ਬੈਠੇ ਆ, ਜਪਜੀ ਸਾਹਿਬ ਨਹੀਂ? ਬੜੀਆਂ ਪੜ੍ਹਾਈਆਂ ਕੀਤੀਆਂ, ਬੜੀਆਂ ਬੜੀਆਂ ਤੁਹਾਡੇ ਕੋਲ ਡਿਗਰੀਆਂ ਪੜ੍ਹਾਈ ਦੀਆਂ, ਬੜੇ ਬੜੇ ਵਪਾਰ ਬਿਜ਼ਨਸ ਵਾਲੇ, ਜਪਜੀ ਸਾਹਿਬ ਹੀ ਨਹੀਂ? ਜਨਮ ਪਾਏ ਜਪ ਕੰਠ ਨਾ ਕੀਨੋ, ਨਾਮ ਧਰੀਕ ਭੇਖ ਧਰ ਲੀਨੋ। ਜੇ ਤੂੰ ਜਨਮ ਲੈ ਕੇ ਜਪਜੀ ਸਾਹਿਬ ਨਹੀਂ ਯਾਦ ਕੀਤਾ, ਤਾਂ ਫਿਰ ਤਾਂ ਲਾਣ 'ਤੇ ਤੂੰ ਨਾਮ ਹੀ ਰੱਖਿਆ ਸਿੱਖੀ ਦਾ, ਪਰ ਸਿੱਖ ਹੈ ਨਹੀਂ ਤੂੰ। ਜੰਮ ਕੇ ਤੂੰ ਜਪਜੀ ਸਾਹਿਬ ਹੀ ਨਹੀਂ ਕੀਤਾ, ਤੈਨੂੰ ਜਪਜੀ ਸਾਹਿਬ ਤਾਂ ਇਕੱਠ ਹੋਣਾ ਚਾਹੀਦਾ ਸੀ, ਰਹਿ ਰਸ ਕੰਠ ਹੋਣੀ ਚਾਹੀਦੀ ਸੀ, ਕੀਰਤਨ ਸੋਲਾ ਕੰਠ ਹੋਣਾ ਚਾਹੀਦਾ ਸੀ। ਅਸੀਂ ਸਕੂਲਾਂ 'ਚ ਨਹੀਂ ਪੜ੍ਹੇ, ਮਹਾਂਪੁਰਸ਼ਾਂ ਕੋਲ ਰਹੇ ਹਾਂ, ਰੌਲਾ ਵੀ ਲਵਾਉਂਦੇ ਸੀ, ਪਰ ਉਹਨਾਂ ਦੀ ਕਿਰਪਾ ਦੇ ਨਾਲ ਹੀ ਸੁਖਮਨੀ ਸਾਹਿਬ ਯਾਦ ਸੀ। ਇੱਥੇ ਵੀ ਸਾਡੇ ਜਿਹੜੇ ਗੁਰਮੁਖ ਪਿਆਰੇ ਨੇ, ਇਹਨਾਂ ਨੂੰ ਸੁਖਮਨੀ ਸਾਹਿਬ ਕੰਠੀ ਹੋਣਾ, ਜੇ ਕਰਨਗੇ ਤਾਂ ਇਹਨਾਂ ਨਹੀਂ ਇਹ ਗੁੜਕਾ ਨਹੀਂ ਲੈਣਾ ਨਾਲ। ਬੀਬੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਸੁਖਮਨੀ ਸਾਹਿਬ ਕੰਠੇ, ਜਪਜੀ ਸਾਹਿਬ ਕੰਠੇ, ਰਹਿ ਰਾਸ ਯਾਦ ਹੈ। ਇਹ ਬਾਣੀਆਂ ਕਾਹਦੇ ਵਾਸਤੇ ਆ? ਮੰਟੇ ਕੋਲ ਜ਼ਮੀਨ ਬਹੁਤ ਹੈ, ਪੰਪ ਵੀ ਲੱਗੇ ਹੋਏ ਆ, ਹੁਣ ਇਹਦਾ ਬੇਟਾ ਹੈ, ਉਹ ਕੇਸ ਨਹੀਂ ਰੱਖੇ ਹੋਏ, ਪਤ 'ਤੇ ਕੇਸ ਕੱਢਦਾ। ਤੁਹਾਡੇ ਇਸ ਇਲਾਕੇ ਦੇ ਅਬੋਹਰ ਦੇ ਇੱਧਰ ਸਾਰਿਆਂ ਦੀ ਚੰਡੀਗੜ੍ਹ ਦੇ ਵਿੱਚ ਕੋਠੀਆਂ ਨੇ ਸਭ ਦੀਆਂ, ਇੱਕ ਇੱਕ ਬੱਚਾ ਹੈ, ਪਰ ਉਹ ਗੁਰਸਿੱਖ ਨਹੀਂ ਹੈਗਾ। ਉਹਨਾਂ 'ਚ ਅੱਧਿਓਂ ਜ਼ਿਆਦਾ ਬੱਚੇ ਜਿਹੜੇ ਆ ਨਾ, ਉਹ ਮਾਂ ਬਾਪ ਨੂੰ ਦੁਖੀ ਕਰਕੇ ਪਹਿਲਾਂ ਹੀ ਮਰ ਗਏ, ਕਈ ਤਾਂ ਕਈ ਨਸ਼ਿਆਂ 'ਚ, ਕਈ ਪਾਰਟੀਬਾਜ਼ੀ 'ਚ, ਇੱਕ ਇੱਕ ਪੁੱਤਰ ਅਤੇ 50-50, 100-100 ਕਿੱਲਾ ਤਾਹਾਂ ਮਾਰਦਾ, ਘਰ ਅਤੇ ਕੋਠੀਆਂ ਮੈਲ ਤਾਹਾਂ ਮਾਰਦੇ, ਪੁੱਤ ਹੀ ਨਹੀਂ ਹੈਗਾ। ਜਦੋਂ ਕਰਨੀ ਮੰਡੀਰਾਂ ਵਾਲੀ
ਮੌਤ ਆ ਜਾਂਦੀ ਕਿਤੇ ਨਾ ਕਿਤੇ। ਮੰਡੀਰ ਪੂਰਾ ਕਰਨਾ ਗੁਰਮੁਖ ਰੂਹ ਨਹੀਂ। ਹੁਣ ਇਹਨਾਂ ਦੇ ਐਕਸੀਡੈਂਟ ਹੋਇਆ ਸੀ, ਤਿੰਨ ਇੱਕ ਘਰ ਰੁਲ ਗਿਆ, ਰੁਲ ਦੂਜੇ ਵੀ ਜਾਣੇ ਸੀ। ਮੈਂ ਕਿਹਾ ਕੀ ਘਰ ਬੈਠੇ ਬੰਦਗੀ ਕਰੋ, ਨਾਮ ਜਪੋ, ਸਾਡੇ ਤੋਂ ਆਗਿਆ ਲੈ ਕੇ ਕੋਈ ਧਰਮ ਦਾ ਕਾਰਜ ਵੀ ਸ਼ੁਰੂ ਕਰੋ। ਗੁਰੂ ਨੇ ਸਿੱਖਿਆ ਦੇਣੀ, ਜੇ ਮੰਨ ਲਏ ਬਹੁਤ ਸੁਖੀ ਹੋਏਗਾ। ਰਾਜੇ ਜਨਮੇਜੇ ਨੂੰ ਵਿਆਸ ਗੁਰੂ ਨੇ ਸਿੱਖਿਆ ਦਿੱਤੀ ਸੀ, ਉਹਨੇ ਨਹੀਂ ਮੰਨੀ ਸੀ, ਕੋੜ ਹੋ ਗਿਆ। ਰਾਜਾ ਜਨਮਾਜਾ ਜਨਮੇਜਾ ਦੇ ਮਤੀ ਬਰਜ ਵਿਆਸ ਪੜਾਇਆ। ਜਿਹੜੀ ਗੁਰੂ ਨੇ ਸਿੱਖਿਆ ਦਿੱਤੀ ਸੀ ਵੀ ਆਹ ਕੰਮ ਨਾ ਕਰੀ, ਉਹਨੇ ਕੀਤਾ, ਉਹਦੇ ਸਰੀਰ 'ਤੇ ਕੋੜ ਹੋਇਆ। ਕੋੜ ਹੋਣ ਤੋਂ ਇਲਾਵਾ ਉਹਨੇ ਪਾਪ ਬੜੇ ਕੀਤੇ। ਗੁਰੂਆਂ ਪੀਰਾਂ ਦੀ ਸਿੱਖਿਆ ਧਾਰਨ ਕਰੇ ਕੀ ਕਰਨਗੇ? ਇੰਨੀਆਂ ਇੰਨੀਆਂ ਜ਼ਮੀਨਾਂ, ਇੰਨੇ ਇੰਨੇ ਕਾਰੋਬਾਰ ਕੀਤੇ, ਬਿਜਨਸ ਵਪਾਰ ਇੱਧਰ ਉੱਧਰ ਬੱਚੇ ਨਹੀਂ ਸੀ ਸਾਡੇ ਸਾਡੇ ਚਲੋ ਬਾਦਲ ਪਰਿਵਾਰ ਦੇ ਵਿੱਚ ਬੀਬੀ ਆ ਗਈ ਹਰਸਿਮਰਤ ਕੌਰ, ਉਹ ਸੀ ਨਾਨਕਸਰ ਦੇ ਪੂਰੇ ਸੰਗੀ, ਗੁਰਬਾਣੀ ਵਾਲੇ ਮਹਾਂਪੁਰਖਾਂ ਦੇ ਪੂਰੇ ਸੰਗੀ। ਬਾਬਾ ਜੀ ਨੇ ਉਹਨਾਂ ਨੂੰ ਪੂਰੀ ਸਿੱਖਿਆ ਦਿੱਤੀ ਹੋਈ ਸੀ। ਇਹ ਬਾਦਲ ਪਰਿਵਾਰ ਦੇ ਘਰ ਵਿੱਚ ਉਹ ਲੜਕੀ ਆ ਗਈ। ਦੂਜੇ ਵੀ ਸੱਦ ਲਓ ਜਿਹੜੇ ਬੜੇ ਬੜੇ ਮਣੀ ਅਮੀਰ ਗਿਣੇ ਜਾਂਦੇ ਹਨ, ਉਹਨਾਂ ਦੇ ਬੱਚਿਆਂ ਨੂੰ ਵੀ ਖੜ੍ਹੇ ਕਰ ਲਓ ਸੰਗਤ ਵਿੱਚ। ਹਰਸਿਮਰਤ ਕੌਰ ਬਾਦਲ ਦੇ ਬੱਚਿਆਂ ਨੂੰ ਵੀ ਕਰ ਲਓ ਗੁਰਸਿੱਖ ਨੇ, ਅਸੀਂ ਉਹਨਾਂ ਦੇ ਰਾਤ ਰਹਿਣ ਸਭਾਈ ਰੱਖੀ ਘਰ, ਬੀਬੀ ਵੀ ਬੈਠੀ, ਬੱਚੇ ਵੀ ਤਿੰਨ ਬੱਚੇ ਆ ਮੇਰੇ ਖਿਆਲ, ਦੋ ਲੜਕੀਆਂ ਇੱਕ ਲੜਕਾ ਹੈ। ਉਹਨਾਂ ਨੇ ਜਿਹੜੀ ਵੀ ਅਸੀਂ ਵਿਚਾਰ ਉਹ ਖਿਆਲ ਨਾਲ ਸੁਣਦੇ ਸੀ, ਗੁਰਸਿੱਖ ਨਹੀਂ ਕੇਸ ਕੱਟੇ ਨਹੀਂ ਪਤਾ। ਉਹ ਬੀਬੀ ਹਰਸਿਮਰਤ ਕੌਰ ਏਡੇ ਵੱਡੇ ਕਹਿੰਦੇ ਘੁਆਉਂਦੇ ਪਰਿਵਾਰ ਦੀ ਨੋਂਹ, ਉਹਨੇ ਸਿਰ ਤੋਂ ਚੁੰਨੀ ਨਹੀਂ ਲਾਈ। ਕੋਈ ਦੱਸ ਦੇਵੇ ਕਿ ਬੀਬੀ ਨੇ ਸਿਰ ਤੋਂ ਚੁੰਨੀ ਲਾਈ, ਭਾਵੇਂ ਉਹ ਵਿਧਾਨ ਸਭਾ 'ਚ ਜਾਂ ਆਪਣੇ ਲੋਕ ਸਭਾ ਕਿਤੇ ਵੀ ਕਿਸ ਥਾਂ 'ਤੇ ਵੀ ਉਹ ਪਹੁੰਚੀਏ, ਵੱਡਿਆਂ ਵੱਡਿਆਂ ਦੇ ਇਕੱਠ ਦੇ ਵਿੱਚ ਉਹ ਸਿਰ ਤੋਂ ਬੀਬੀ ਨੇ ਚੁੰਨੀ ਨਹੀਂ ਲਾਈ। ਕਿਰਪਾਨ ਵੀ ਪਾਈ ਹੋਈ, ਅੰਮ੍ਰਿਤ ਵੇਲਾ ਵੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਵੀ ਲੈਂਦੀ। ਅੱਜ ਸਾਰੇ ਹਾਰ ਗਏ ਇਲੈਕਸ਼ਨਾਂ ਦੇ ਵਿੱਚ, ਉਹ ਬੀਬੀ ਨਹੀਂ ਹਾਰੀ, ਕਿਉਂਕਿ ਉਹਦੇ ਕੋਲ ਨਿਤਨੇਮ ਸੀ, ਗੁਰੂ ਸਾਹਿਬ ਦੀ ਵੋਟ ਸੀ। ਅਕਾਲੀ ਦਲ ਦੇ ਨਾਮ ਦੇ ਉੱਤੇ ਚਾਹੇ ਕੋਈ ਭੰਡੀ ਪ੍ਰਚਾਰ ਸੀ, ਚਾਹੇ ਕੋਈ ਸੀ, ਲੋਕ ਸਾਰੇ ਉਲਟ ਸੀ, ਚਾਹੇ ਆਪਸੀ ਦੁਬਧਾ ਸੀ ਇਹਨਾਂ ਦੇ। ਗੁਰੂ ਸਾਹਿਬ ਵੱਲ ਬਖਸ਼ਣਗੇ, ਗੁਰਸਿੱਖੀ ਹੋਵੇ। ਜੇ ਸਾਡੇ ਬੱਚੇ ਇਸ ਤਰ੍ਹਾਂ ਗੁਰਮੁਖ ਸਕੂਲ ਹੋਣ, ਗੁਰਸਿੱਖੀ ਦੇ ਸਕੂਲ ਹੋਣ, ਪੜ੍ਹੇ ਹੋਣ। ਮੈਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ, ਬੀਜ ਲੈਣ ਵਾਸਤੇ ਉਹਨਾਂ ਨੇ ਕਿਹਾ ਤੁਸੀਂ ਵਾਈਸ ਚਾਂਸਲਰ ਨੂੰ ਮਿਲ ਲਓ, ਬਹੁਤ ਗੁਰਮੁਖ ਬੰਦਾ ਹੈ। ਮੈਂ ਜਦੋਂ ਉਸ ਕਮਰੇ 'ਚ ਗਿਆ ਨਾ, ਬੀਜ ਚਾਹੀਦਾ ਸੀ, ਕੋਈ ਸੰਗੀ ਆਏ ਸੀ, ਉਹਨਾਂ ਲੈਣਾ ਸੀ ਲੁਧਿਆਣੇ।
ਜਦੋਂ ਉਸ ਕਮਰੇ 'ਚ ਗਏ ਤਾਂ ਮੈਂ ਉਹ ਗੁਰਮੁਖ ਪਿਆਰਾ ਵਾਈਸ ਚਾਂਸਲਰ ਕੁਰਸੀ 'ਤੇ ਬੈਠਾ ਅਤੇ ਸੱਚਮੁੱਚ ਜਿਵੇਂ ਮਹਾਂਪੁਰਸ਼ ਕੋਲ ਜਾਂਦੇ ਆ, ਠੰਡ ਪੈਂਦੀ ਨਾ ਦਰਸ਼ਨ ਕਰਦੇ ਹਾਂ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅੰਦਰ ਵੜਦੇ ਹੀ ਮੈਨੂੰ ਠੰਡ ਪੈ ਗਈ। ਉਹ ਸੀ ਖੇਮ ਸਿੰਘ, ਜਿਹੜਾ ਬੜੂ ਸਾਹਿਬ ਵਾਲਿਆਂ ਦਾ ਇੰਚਾਰਜ ਵੀ ਬਣਿਆ ਫਿਰ ਅੱਗੇ। ਉਹ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਦੀ ਉਹਨਾਂ ਦਾ ਸੰਪਰਦਾ ਦਾ ਸੰਗੀ ਸੀ, ਪਰ ਮੁੱਢ ਤੋਂ ਸੀ, ਵਾਈਸ ਚਾਂਸਲਰ ਬਣ ਗਿਆ, ਪਰ ਨਿਤਨੇਮ ਪੂਰਾ ਬਾਣੀ ਨੇ ਬਚਾਉਣਾ ਸਾਨੂੰ।